ਚੰਡੀਗੜ੍ਹ ਮਨਾਲੀ ਹਾਈਵੇ ਇੱਕ ਵਾਰ ਮੁੜ ਤੋਂ ਬੰਦ ਹੋ ਗਿਆ। ਦੱਸ ਦਈਏ ਕਿ ਭਾਰੀ ਬਰਸਾਤ ਦੇ ਕਾਰਨ ਜਿੱਥੇ ਲਗਾਤਾਰ ਪਹਾੜਾਂ ਦੇ ਵਿੱਚ ਤਬਾਹੀ ਜਾਰੀ ਹੈ, ਉੱਥੇ ਹੀ ਇੱਕ ਵਾਰ ਮੁੜ ਤੋਂ ਨੈਸ਼ਨਲ ਹਾਈਵੇ ਦੇ ਉੱਤੇ ਮਲਬਾ ਆਇਆ ਤਾਂ ਮਲਬੇ ਦੇ ਵਿੱਚ ਇੱਕ ਟਰੱਕ ਅਤੇ ਪਿਕਅਪ ਫਸਣ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਿਸ ਸਮੇਂ ਮਲਬਾ ਗਿਰਿਆ ਤਾਂ ਉਸ ਸਮੇਂ ਟਰੱਕ ਚਾਲਕ ਅਤੇ ਪਿਕਅਪ ਦੇ ਚਾਲਕ ਦੇ ਵੱਲੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ 9 ਮੀਲ ਦੇ ਕੋਲ ਪਹਾੜ ਦੇ ਉੱਤੋਂ ਮਲਬਾ ਡਿੱਗਿਆ। ਫਿਲਹਾਲ JCB ਮਸ਼ੀਨਾਂ ਲਗਾਈਆਂ ਗਈਆਂ ਨੇ ਮੌਕੇ ਦੇ ਉੱਤੇ ਅਤੇ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜੋ ਵੀ ਮਨਾਲੀ ਜਾਣ ਵਾਲੇ ਨੇ ਪਹਿਲਾਂ ਉਹ ਇਹ ਖਬਰ ਧਿਆਨ ਨਾਲ ਦੇਖ ਲੈਣ, ਫਿਰ ਹੀ ਅੱਗੇ ਵਧਣ, ਕਿਉਂਕਿ ਮਨਾਲੀ ਹਾਈਵੇ ਜੋ ਹੈ ਲਗਾਤਾਰ ਭਾਰੀ ਬਰਸਾਤ ਦੇ ਕਾਰਨ ਕਈ ਵਾਰ ਬੰਦ ਹੋ ਚੁੱਕਾ ਅਤੇ ਹੁਣ ਇੱਕ ਵਾਰ ਫਿਰ ਤੋਂ ਉਸਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਬੀਤੀ ਰਾਤ 3 ਵਜੇ ਕਿਹਾ ਜਾ ਰਿਹਾ ਕਿ ਜਦੋਂ ਇੱਕ ਟਰੱਕ ਅਤੇ ਪਿਕਅਪ ਗੱਡੀ ਇਸ ਹਾਈਵੇ ਦੇ ਉੱਤੋਂ ਲੰਘ ਰਹੀ ਸੀ ਤਾਂ ਅਚਾਨਕ ਹੀ ਭਾਰੀ ਬਰਸਾਤ ਦੇ ਕਾਰਨ ਮਲਬਾ ਸੜਕ ਦੇ ਉੱਤੇ ਆ ਜਾਂਦਾ, ਜਿਸ ਦੇ ਵਿੱਚ ਪਿਕਅਪ ਅਤੇ ਟਰੱਕ ਜੋ ਹੈ ਬੁਰੇ ਤਰੀਕੇ ਦੇ ਨਾਲ ਫਸ ਜਾਂਦੇ ਨੇ ਅਤੇ ਚਾਲਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਦੀਆਂ ਨੇ, ਜਿੱਥੇ ਕਿ ਦੇਰ ਰਾਤ ਮਲਬਾ ਗਿਰ ਗਿਆ ਅਤੇ ਮਲਬਾ ਡਿੱਗਣ ਦੇ ਕਾਰਨ ਕਈ ਵਾਹਨ ਇਸ ਦੇ ਵਿੱਚ ਫਸ ਗਏ ਨੇ। ਚੰਡੀਗੜ੍ਹ ਮਨਾਲੀ ਹਾਈਵੇ ਇੱਕ ਵਾਰ ਮੁੜ ਤੋਂ ਬੰਦ ਹੋ ਗਿਆ। ਦੱਸ ਦਈਏ ਕਿ ਭਾਰੀ ਬਰਸਾਤ ਦੇ ਕਾਰਨ ਜਿੱਥੇ ਲਗਾਤਾਰ ਪਹਾੜਾਂ ਦੇ ਵਿੱਚ ਤਬਾਹੀ ਜਾਰੀ ਹੈ, ਉੱਥੇ ਹੀ ਇੱਕ ਵਾਰ ਮੁੜ ਤੋਂ ਨੈਸ਼ਨਲ ਹਾਈਵੇ ਦੇ ਉੱਤੇ ਮਲਬਾ ਆਇਆ ਤਾਂ ਮਲਬੇ ਦੇ ਵਿੱਚ ਇੱਕ ਟਰੱਕ ਅਤੇ ਪਿਕਅਪ ਫਸਣ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਿਸ ਸਮੇਂ ਮਲਬਾ ਗਿਰਿਆ ਤਾਂ ਉਸ ਸਮੇਂ ਟਰੱਕ ਚਾਲਕ ਅਤੇ ਪਿਕਅਪ ਦੇ ਚਾਲਕ ਦੇ ਵੱਲੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ 9 ਮੀਲ ਦੇ ਕੋਲ ਪਹਾੜ ਦੇ ਉੱਤੋਂ ਮਲਬਾ ਡਿੱਗਿਆ। ਫਿਲਹਾਲ JCB ਮਸ਼ੀਨਾਂ ਲਗਾਈਆਂ ਗਈਆਂ ਨੇ ਮੌਕੇ ਦੇ ਉੱਤੇ ਅਤੇ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜੋ ਵੀ ਮਨਾਲੀ ਜਾਣ ਵਾਲੇ ਨੇ ਪਹਿਲਾਂ ਉਹ ਇਹ ਖਬਰ ਧਿਆਨ ਨਾਲ ਦੇਖ ਲੈਣ, ਫਿਰ ਹੀ ਅੱਗੇ ਵਧਣ, ਕਿਉਂਕਿ ਮਨਾਲੀ ਹਾਈਵੇ ਜੋ ਹੈ ਲਗਾਤਾਰ ਭਾਰੀ ਬਰਸਾਤ ਦੇ ਕਾਰਨ ਕਈ ਵਾਰ ਬੰਦ ਹੋ ਚੁੱਕਾ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਉਸਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਬੀਤੀ ਰਾਤ 3 ਵਜੇ ਕਿਹਾ ਜਾ ਰਿਹਾ ਹੈ ਕਿ ਜਦੋਂ ਇੱਕ ਟਰੱਕ ਅਤੇ ਪਿਕਅਪ ਗੱਡੀ ਇਸ ਹਾਈਵੇ ਦੇ ਉੱਤੋਂ ਲੰਘ ਰਹੀ ਸੀ ਤਾਂ ਅਚਾਨਕ ਹੀ ਭਾਰੀ ਬਰਸਾਤ ਦੇ ਕਾਰਨ ਮਲਬਾ ਸੜਕ ਦੇ ਉੱਤੇ ਆ ਜਾਂਦਾ, ਜਿਸ ਦੇ ਵਿੱਚ ਪਿਕਅਪ ਅਤੇ ਟਰੱਕ ਜੋ ਹੈ ਬੁਰੇ ਤਰੀਕੇ ਦੇ ਨਾਲ ਫਸ ਜਾਂਦੇ ਨੇ ਅਤੇ ਚਾਲਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਦੀਆਂ ਨੇ, ਜਿੱਥੇ ਕਿ ਦੇਰ ਰਾਤ ਮਲਬਾ ਗਿਰ ਗਿਆ ਅਤੇ ਮਲਬਾ ਡਿੱਗਣ ਦੇ ਕਾਰਨ ਕਈ ਵਾਹਨ ਇਸ ਦੇ ਵਿੱਚ ਫਸ ਗਏ ਨੇ। ਚੰਡੀਗੜ੍ਹ ਮਨਾਲੀ ਹਾਈਵੇ ਇੱਕ ਵਾਰ ਮੁੜ ਤੋਂ ਬੰਦ ਹੋ ਗਿਆ। ਦੱਸ ਦਈਏ ਕਿ ਭਾਰੀ ਬਰਸਾਤ ਦੇ ਕਾਰਨ ਜਿੱਥੇ ਲਗਾਤਾਰ ਪਹਾੜਾਂ ਦੇ ਵਿੱਚ ਤਬਾਹੀ ਜਾਰੀ ਹੈ, ਉੱਥੇ ਹੀ ਇੱਕ ਵਾਰ ਮੁੜ ਤੋਂ ਨੈਸ਼ਨਲ ਹਾਈਵੇ ਦੇ ਉੱਤੇ ਮਲਬਾ ਆਇਆ ਤਾਂ ਮਲਬੇ ਦੇ ਵਿੱਚ ਇੱਕ ਟਰੱਕ ਅਤੇ ਪਿਕਅਪ ਫਸਣ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਿਸ ਸਮੇਂ ਮਲਬਾ ਗਿਰਿਆ ਤਾਂ ਉਸ ਸਮੇਂ ਟਰੱਕ ਚਾਲਕ ਅਤੇ ਪਿਕਅਪ ਦੇ ਚਾਲਕ ਦੇ ਵੱਲੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ 9 ਮੀਲ ਦੇ ਕੋਲ ਪਹਾੜ ਦੇ ਉੱਤੋਂ ਮਲਬਾ ਡਿੱਗਿਆ। ਫਿਲਹਾਲ JCB ਮਸ਼ੀਨਾਂ ਲਗਾਈਆਂ ਗਈਆਂ ਨੇ ਮੌਕੇ ਦੇ ਉੱਤੇ ਅਤੇ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜੋ ਵੀ ਮਨਾਲੀ ਜਾਣ ਵਾਲੇ ਨੇ ਪਹਿਲਾਂ ਉਹ ਇਹ ਖਬਰ ਧਿਆਨ ਨਾਲ ਦੇਖ ਲੈਣ, ਫਿਰ ਹੀ ਅੱਗੇ ਵਧਣ, ਕਿਉਂਕਿ ਮਨਾਲੀ ਹਾਈਵੇ ਜੋ ਹੈ ਲਗਾਤਾਰ ਭਾਰੀ ਬਰਸਾਤ ਦੇ ਕਾਰਨ ਕਈ ਵਾਰ ਬੰਦ ਹੋ ਚੁੱਕਾ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਉਸਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਬੀਤੀ ਰਾਤ 3 ਵਜੇ ਕਿਹਾ ਜਾ ਰਿਹਾ ਹੈ ਕਿ ਜਦੋਂ ਇੱਕ ਟਰੱਕ ਅਤੇ ਪਿਕਅਪ ਗੱਡੀ ਇਸ ਹਾਈਵੇ ਦੇ ਉੱਤੋਂ ਲੰਘ ਰਹੀ ਸੀ ਤਾਂ ਅਚਾਨਕ ਹੀ ਭਾਰੀ ਬਰਸਾਤ ਦੇ ਕਾਰਨ ਮਲਬਾ ਸੜਕ ਦੇ ਉੱਤੇ ਆ ਜਾਂਦਾ, ਜਿਸ ਦੇ ਵਿੱਚ ਪਿਕਅਪ ਅਤੇ ਟਰੱਕ ਜੋ ਹੈ ਬੁਰੇ ਤਰੀਕੇ ਦੇ ਨਾਲ ਫਸ ਜਾਂਦੇ ਨੇ ਅਤੇ ਚਾਲਕਾਂ ਦੇ ਵੱਲੋਂ ਭੱਜ ਕੇ ਆਪਣੀ
ਜਾਨ ਬਚਾਈ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਦੀਆਂ ਨੇ, ਜਿੱਥੇ ਕਿ ਦੇਰ ਰਾਤ ਮਲਬਾ ਗਿਰ ਗਿਆ ਅਤੇ ਮਲਬਾ ਡਿੱਗਣ ਦੇ ਕਾਰਨ ਕਈ ਵਾਹਨ ਇਸ ਦੇ ਵਿੱਚ ਫਸ ਗਏ ਨੇ।